ਸੁਣਿਆ ਸਿੰਘ ਸਾਰੇ ਗਿਆਨੀ ਸਿੰਘ ਆ ਲਗਭਗ ਵਿੱਚ, ਜਦੋਂ ਅਸੀਂ ਕਿਤੇ ਇੱਕ ਜਗ੍ਹਾ ਦੀਵਾਨ ਲਾ ਕੇ ਆਏ ਕਥਾ ਕਰਕੇ ਆਏ, ਸਾਨੂੰ ਕੋਈ ਸਵਾਲ ਕਰ ਦੇਵੇ ਖੜਾ, ਉਹਦੇ ਸਵਾਲ ਦਾ ਜਵਾਬ ਜਿੰਨਾ ਤੱਕਰ ਨਹੀਂ ਦਿੰਦੇ ਸੀ ਉਨਾ ਤੱਕਰ ਉਹ ਸਟੇਜ ਤੋਂ ਨਹੀਂ ਬੋਲਦੇ। ਲਗਾਤਾਰ ਰਣਜੀਤ ਸਿੰਘ ਦੇ ਵੱਲੋਂ ਸਵਾਲ ਚੱਕੇ ਜਾ ਰਹੇ, ਕਦੀ ਭੋਰੇ ਸਾਹਿਬ 'ਤੇ, ਕਦੀ ਅੰਮ੍ਰਿਤਸਰ ਦੇ ਪਵਿੱਤਰ ਜਲ 'ਤੇ, ਕਦੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਇਮਾਰਤ 'ਤੇ। ਇਸ ਨਿਹੰਗ ਸਿੰਘ ਨੂੰ ਤਾਂ ਤੁਸੀਂ ਵੇਖਿਆ ਹੀ ਹੋਣਾ, ਜੋ ਪਹਿਲਾਂ ਵੀ ਸੋਸ਼ਲ ਮੀਡੀਆ 'ਤੇ ਚਰਚਿਤ ਰਿਹਾ। ਭਾਵੇਂ ਸਿੱਖ ਪ੍ਰਚਾਰਕ ਢੱਡਰੀਆਂ ਵਾਲਾ ਦਾ ਪਿੰਡ ਗਿੱਦੜਿਆਲੀ 'ਚ ਦੀਵਾਨਾਂ ਦਾ ਵਿਰੋਧ ਹੋਵੇ, ਹੁਣ ਇਹ ਵੀਡੀਓ ਕੇਸਗੜ੍ਹ ਸਾਹਿਬ ਦੀ ਦੱਸੀ ਜਾ ਰਹੀ ਹੈ, ਜਿਸ 'ਚ ਇਸ ਸ਼ਖਸ ਦੀ ਬੜੀ ਹੀ ਤਸ਼ੱਦਤਮਈ ਕੁੱਟਮਾਰ ਇਸ ਨਿਹੰਗ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਇਹੀ ਨਹੀਂ, ਇਸ ਨੂੰ ਗੁਰੂ ਘਰ 'ਚੋਂ ਘੜੀਸ ਘੜੀਸ ਕੇ ਬਾਹਰ ਤੱਕ ਛੱਡਿਆ ਗਿਆ। ਅਤੇ ਹੁਣ ਦੱਸਾਂਗੇ ਮਾਮਲਾ ਕੀ ਹੈ। ਦਰਅਸਲ ਇਹ ਨਿਹੰਗ ਸਿੰਘ, ਜਿਸਦਾ ਨਾਮ ਬੂਟਾ ਸਿੰਘ ਹੈ, ਇਸ ਵੱਲੋਂ ਵਾਇਰਲ ਵੀਡੀਓ ਦੇ ਵਿੱਚ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਇਹ ਸ਼ਖਸ ਗੁਰੂ ਘਰ 'ਚ ਸ਼ਰਾਬ ਪੀ ਕੇ ਆਇਆ ਸੀ। ਬਸ ਫਿਰ ਕੀ ਸੀ, ਇਸ ਸਿੰਘ ਨੇ ਇਸ ਵਿਅਕਤੀ ਦੀ ਕੁੱਟਮਾਰ ਕੀਤੀ। ਹਾਲਾਂਕਿ ਉੱਥੇ ਮੌਜੂਦ ਕੁਛ ਲੋਕਾਂ ਨੇ ਇਸ ਕੁੱਟਮਾਰ ਦਾ ਵਿਰੋਧ ਵੀ ਕੀਤਾ। ਪਹਿਲਾਂ ਨੂੰ ਛੱਡ ਕੇ ਆਉਂਦਾ ਕਿ ਜਾ ਪ੍ਰੇਮ ਨਾਲ ਬਾਬਾ ਜੀ, ਛੱਡੋ ਪਰ ਗੁਰਦੁਆਰੇ ਆ ਗਏ ਮਹਾਰਾਜ। Thank you.
ਜਿਹੜਾ ਉਹ ਨਿਕਲ ਛੇਤੀ ਨਿਕਲ ਜਾ ਇੱਕ ਮਿੰਟ ਚ ਖੜਾਓ ਕੇਸਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਸਾਖ ਸੰਗਤ ਜੀ ਦਾਰੂ ਪੀ ਕੇ ਵੜਿਆ ਇਹਨੂੰ ਪਹਿਲਾਂ ਛੱਡ ਕੇ ਆਉਂਦਾ ਕਿ ਜਾ ਪ੍ਰੇਮ ਦੇ ਨਾਲ ਮੰਨਿਆ ਨਹੀਂ ਇਸ ਕਰਕੇ ਜੂਤ ਪਤੰਗ ਕੀਤਾ ਬਹੁਤ ਘੱਟ ਕੀਤਾ ਇਹਦੀ ਗਲਤੀ ਦੇ ਅਨੁਸਾਰ ਵਾਹਿਗੁਰੂ ਘਰ ਆ ਇਹ ਕੰਮ ਕਰਨਾ ਹੀ ਨਹੀਂ ਚਾਹੀਦਾ ਇੱਥੇ ਦਾ ਜੇ ਤਾਂ ਕਰਿਆ ਤਾਂ ਇੱਥੇ ਆਉਣਾ ਹੀ ਨਹੀਂ ਚਾਹੀਦਾ ਸਿੱਧੀ ਗੱਲ ਖੜਾ ਹੋ ਜਾ ਸਿੱਧੀ ਬਾਬਾ ਗੁਰੂ ਘਰ ਦੇ ਕੰਮ ਕਰਦਾ ਸ਼ਰਾਫੀ ਸ਼ਰਾਫੀ ਸੀ ਬਾਬਾ ਜੀ ਛੱਡਦੇ ਆ ਫਿਰ ਵੀ ਗਏ ਪਹਿਲਾਂ ਛੱਡਦਾ ਸੀ ਇਹਨੂੰ ਕਿ ਜਾ ਤੂੰ ਫਿਰ ਆ ਗਿਆ ਨਿਕਲ ਲੈ ਨਿਕਲ ਲੈ ਛੱਡ ਕੇ ਆਉਂਦਾ ਦਾਰੂ ਪੀਤੀ ਹੋਈ
ਪਹਿਲਾਂ ਨੂੰ ਛੱਡ ਕੇ ਆਂਦਾ ਕਿ ਜਾ ਪ੍ਰੇਮ ਨਾਲ ਬਾਬਾ ਜੀ ਛੱਡੋ ਪਰ ਗੁਰਦੁਆਰੇ ਆ ਨਿਕਲ ਜਾ ਇੱਕ ਮਿੰਟ ਚ ਬਾਬਾ ਖੜਾ ਕੇਸਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਸਾਖ ਸੰਗਤ ਜੀ ਦਾਰੂ ਪੀ ਕੇ ਵੜਿਆ ਇਹਨੂੰ ਪਹਿਲਾਂ ਛੱਡ ਕੇ ਆਉਂਦਾ ਕਿ ਜਾ ਪ੍ਰੇਮ ਦੇ ਨਾਲ ਮੰਨਿਆ ਨਹੀਂ ਇਸ ਕਰਕੇ ਜੂਤ ਪਤੰਗ ਕੀਤਾ ਬਹੁਤ ਘੱਟ ਕੀਤਾ ਇਹਦੀ ਗਲਤੀ ਦੇ ਅਨੁਸਾਰ ਵਾਹਿਗੁਰੂ ਇਹ ਕੰਮ ਕਰਨਾ ਹੀ ਨਹੀਂ ਚਾਹੀਦਾ ਇੱਥੇ ਦਾ ਜੇ ਤਾਂ ਕਰਿਆ ਤਾਂ ਇੱਥੇ ਆਉਣਾ ਹੀ ਨਹੀਂ ਚਾਹੀਦਾ ਸਿੱਧੀ ਗੱਲ ਖੜਾ ਹੋ ਜਾ ਸਿੱਧੀ ਬਾਬਾ ਗੁਰੂ ਘਰ ਦੇ ਕੰਮ ਕਰਦਾ ਸ਼ਰਾਫੀ ਸ਼ਰਾਫੀ ਬਾਬਾ ਜੀ ਬਾਬਾ ਜੀ ਕਰਦਾ ਛੱਡ ਦੋ ਮਾਲਕ ਬਾਬਾ ਇਸ ਵੀਡੀਓ ਚ ਜਿਸ ਤਰ੍ਹਾਂ ਨਾਲ ਕੁੱਟਮਾਰ ਕੀਤੀ ਇਸ ਦਾ ਵਿਰੋਧ ਕੀਤਾ ਜਾ ਰਿਹਾ। ਬਿਊਰੋ ਰਿਪੋਰਟ, ਪੰਜਾਬੀ ਟੀਵੀ।